ਹੈਲੋ ਹਾਂਜੀ ਸਸੀ ਗੱਲ ਜੀ ਸਾਰਿਆਂ ਨੂੰ 2500 ਪੈਨਸ਼ਨ ਦੇ ਵੱਡੇ ਅਪਡੇਟ ਅੱਨਾ ਸਾਂਝੀ ਕਰਨ ਜਾ ਰਹੇ ਹਾਂ ਜੀ ਇਸ ਵੀ ਨੇ ਲੋਕਾਂ ਦੇ ਖਾਤੇ ਵਿੱਚ ਪਾ ਦਿੱਤੇ ਗਏ ਆ ਜੀ 25-2500 ਰੁਪਏ ਪੈਨਸ਼ਨ ਆ ਸਾਰੀ ਡਿਟੇਲ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਜੀ ਕਿਨਾਂ ਲੋਕਾਂ ਦੇ ਖਾਤਿਆਂ ਵਿੱਚ ਪਾਈਆਂ ਗਈਆਂ ਹਨ ਜੀ ਪੈਨਸ਼ਨ ਆ ਅਤੇ ਜਿਨ੍ਹਾਂ ਦੀ ਨਹੀਂ ਆ ਕੀ ਕਰਨ ਸਾਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਪਰ ਉਸ ਤੋਂ ਪਹਿਲਾਂ ਜਿਹੜੇ ਵੀ ਚੈਨਲ ਉੱਤੇ ਪਹਿਲੀ ਵਾਰ ਆਏ ਹਨ ਕਿਰਪਾ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਦੀ ਨਾਲ ਬੈਲ ਆਈਕਨ ਵਾਲਾ ਬਟਨ ਜ਼ਰੂਰ ਤੋਂ ਪ੍ਰੈਸ ਕਰ ਦਿਓ ਤਾਂ ਜੋ ਪੰਜਾਬ ਦੇ ਵਿੱਚ ਜਿਹੜੀ ਵੀ ਨਵੀਂ ਸਕੀਮ ਜਾਂ ਅਪਡੇਟ ਆ ਸੋ ਸਭ ਤੋਂ ਪਹਿਲਾਂ ਗੱਲ ਕਰ ਲੈਣੀ ਹੈ ਜੀ ਕਿ ਜਿਨ੍ਹਾਂ ਨੇ ਅਜੇ ਤੱਕ ਆਪਣੀ ਪੈਨਸ਼ਨ ਅਪਲਾਈ ਨਹੀਂ ਕੀਤੀ ਉਹ ਕੀ ਕਰਨ ਤੁਸੀਂ ਆਪਣੇ ਜਿਹੜੇ ਆ ਸੁਵਿਧਾ ਕੇਂਦਰ ਜਾਂ ਲੋਕ ਭਲਾਈ ਦਫ਼ਤਰ ਦੇ ਵਿੱਚ ਜਿਲ੍ਹੇ ਜਾਲੇ ਜਾਣਾ ਜੀ ਉੱਥੇ ਜਾ ਕੇ ਤੁਸੀਂ ਆਪਣੇ ਪੈਨਸ਼ਨ ਦੀ ਫਾਈਲ ਲੈ ਕੇ ਉਸ ਨੂੰ ਅਪਲਾਈ ਕਰ ਸਕਦੇ ਹੋ ਜੀ ਠੀਕ ਹੈ ਜੀ ਉਸ ਦੇ ਵਿੱਚ ਤੁਸੀਂ ਆਪਣੇ ਗੁਰਦੌਰ ਪਟਵਾਰੀ ਅਤੇ ਆਪਣੇ ਮਹੱਲੇ ਦੇ ਐਮਸੀ ਜਾਂ ਸਰਪੰਚ ਦੀ ਮੋਹਰ ਲਵਾ ਕੇ ਤੁਸੀਂ ਫਾਈਲ ਨੂੰ ਚੰਗੀ ਤਰ੍ਹਾਂ ਭਰ ਕੇ ਉੱਥੇ ਜਮ੍ਹਾਂ ਕਰਵਾ ਦੇਣੀ ਉਸ ਤੋਂ ਬਾਅਦ ਤੁਹਾਡੇ ਘਰ ਜੇਰਾ ਉਹ ਪੈਨਸ਼ਨ ਵਾਲਾ ਕਾਰਡ ਬਣ ਗਿਆ ਹੋਵੇਗਾ ਉਸ ਕਾਰਡ ਨੂੰ ਤੁਸੀਂ ਆਪਣੇ ਬੈਂਕ ਵਿੱਚ ਜਾ ਕੇ ਆਪਣੇ ਬੈਂਕ ਖਾਤੇ ਨਾਲ ਅਟੈਚ ਕਰਵਾਉਣਾ ਹੈ ਜੀ ਉਸ ਤੋਂ ਬਾਅਦ ਜਿਹੜੀ ਤੁਹਾਡੀ ਪੈਨਸ਼ਨ ਆ ਉਹ ਜਾਰੀ ਕਰ ਦਿੱਤੀ ਜਾਵੇਗੀ ਇਸ ਦੇ ਵਿੱਚ ਤੁਹਾਡਾ ਜਿਹੜਾ ਆਧਾਰ ਕਾਰਡ ਪੈਨ ਕਰਨਾ ਜ਼ਰੂਰ ਤੋਂ ਲਿੰਕ ਹੋਣਾ ਚਾਹੀਦਾ ਉਸ ਤੋਂ ਬਾਅਦ ਹੀ ਜਿਹੜੀ ਤੁਹਾਡੀ ਪੈਨਸ਼ਨ ਉਹ ਜਾਰੀ ਕੀਤੀ ਜਾਵੇਗੀ ਜੀ ਤੇ ਪਲੱਸ ਤੁਹਾਡਾ ਫੋਨ ਨੰਬਰ ਅਪਡੇਟ ਹੋਣਾ ਚਾਹੀਦਾ ਹੈ ਜੀ ਇਸ ਦੇ ਨਾਲ ਤਾਂ ਜੋ ਜਦੋਂ ਵੀ ਪੈਨਸ਼ਨ ਜਾਰੀ ਕੀਤੀ ਆਏ ਉਸ ਦਾ ਮੈਸੇਜ ਤੁਹਾਡੇ ਫੋਨ ਉਤੇ ਆ ਸਕੇ ਜੀ ਤੇ ਇਸ ਮਹੀਨੇ ਦੀ ਪੈਨਸ਼ਨ ਦੀ ਗੱਲ ਕੀਤੀ ਹੈ ਤੇ ਕਾਫੀ ਜ਼ਿਆਦਾ ਲੋਕਾਂ ਦੀ ਜਿਹੜੇ ਖਾਤੇ ਵਿੱਚ ਪੈਨਸ਼ਨ ਆ ਪਾ ਦਿੱਤੀਆਂ ਗਈਆਂ ਹਨ ਜੀ ਠੀਕ ਹੈ ਜੀ ਅਤੇ ਕੇ ਲੋਕਾਂ ਦੀ ਰਹਿ ਵੀ ਗਈਆਂ ਹਨ ਜੀ ਹੋ ਸਕਦਾ ਤੁਹਾਡਾ ਕੋਈ ਨਾ ਕੋਈ ਪ੍ਰੂਫ ਘੱਟ ਹੋਵੇ ਜਿਸ ਤੇ ਕਾਹਨ ਤੁਹਾਡੀ ਜਿਹੜੀ ਪੈਨਸ਼ਨ ਉਹ ਹੇ ਤੱਕ ਜਾਰੀ ਨਹੀਂ ਕੀਤੀ ਜਾ ਰਹੀ ਤੇ ਬਾਕੀ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਤੋਂ ਦੱਸਿਓ ਕਿ ਤੁਸੀਂ ਕਿਹੜੇ ਜ਼ਿਲ੍ਹੇ ਤੋਂ ਤੇ ਤੁਹਾਡੀ ਕਿੰਨੀ ਪੈਨਸ਼ਨ ਆਈ ਹੈ ਅਤੇ ਜਿਨ੍ਹਾਂ ਦੀ ਨਹੀਂ ਆਈ ਉਹ ਵੀ ਕਮੈਂਟ ਵਿੱਚ ਜ਼ਰੂਰ ਤੋਂ ਦੱਸਿਓ ਇਸ ਦੇ ਨਾਲ ਜਿਹੜਾ ਬਾਕੀਆਂ ਦਾ ਵੀ ਫਾਇਦਾ ਹੋ ਸਕੇ ਅਈ ਜਾਨ ਗਾਡੀ ਸੀ ਜੇਨੀਮੇਟਡ ਨਾ ਸੰਜੀ ਕਨ ਸੀ ਜੀ ਮਿਲਦੇ ਨਵੇਂ ਹੋਰ ਅਪਡੇਟ ਦੇ ਨਾਲ ਤਦ ਤੱਕ ਲਈ ਸਸਿਕਾਲ ਜੀ